ਟੌਰਬਮ ਦੀ ਗੱਲ ਚੱਲੀ ਹੈ ਤੇ ਟੌਰਬਮ ਔਰ ਬੁਵੇੜ ਦੇ ਬਿਲਕੁਲ ਨੇੜੇ ਜਿਹੜਾ ਪਲਾਜ਼ਾ ਹੈ ਜਿਸ ਨੂੰ ਅਸੀਂ ਰਾਜਧਾਨੀ ਵਾਲਾ ਪਲਾਜ਼ਾ ਵੀ ਕਹਿ ਦਿੰਦੇ ਹਾਂ ਉਹਦੇ ਨਾਲ ਇੱਕ ਮਲਟੀ ਸਟੋਰੀ ਬਿਲਡਿੰਗ ਹੈ ਔਰ ਇੱਥੇ ਹਰੀਸ਼ ਵਰਮਾ ਮੰਨੇ ਪਰਮੰਨੇ ਆਯੁਰਵੈਦ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹੈ ਔਰ ਬਾਈ ਅਪੁਆਇੰਟਮੈਂਟ ਜ਼ਿਆਦਾ ਕਰਕੇ ਮਿਲਦੇ ਹੈ ਵਾਕ ਇਨ ਵੀ ਕਰ ਸਕਦੇ ਹੋ ਆਓ ਕਰੀਏ ਗੱਲ ਉਹਨਾਂ ਨਾਲ ਥੋੜ੍ਹੀ ਜਿਹੀ ਹੈਲਥ ਦੇ ਪੱਖੋਂ ਹਰ ਮੰਗਲਵਾਰ ਨੂੰ ਸਾਡੇ ਮਹਿਮਾਨ ਵੀ ਹੁੰਦੇ ਹੈ ਵਰਮਾ ਸਾਹਿਬ ਸਵਾਗਤ ਕਰਦੇ ਹਾਂ ਜੀ ਰਾਜਿੰਦਰ ਜੀ ਥੈਂਕ ਯੂ ਵੈਰੀ ਮਚ ਔਰ ਪ੍ਰਵਾਸੀ ਰੇਡੀਓ ਐਂਡ ਟੀਵੀ ਦੇ ਸਾਰੇ ਸਰੋਤਿਆਂ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਮੀਨਾਕਸ਼ੀ ਹੋਰਾਂ ਨੇ ਕਾਫੀ ਡਿਟੇਲ ਦੇ ਵਿੱਚ ਖਬਰ ਦੱਸ ਦਿੱਤੀ ਹੈ ਕਿ ਜਿਹੜਾ ਓਮੀਕਰੋਨ ਵਾਇਰਸ ਹੈ ਇਹ ਹੈ ਤੇ ਬੜੀ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕੰਟੇਜੀਅਸ ਹੈ ਪਰ ਨਾਲ ਦੀ ਨਾਲ ਹੀ ਇਹ ਵੀ ਹੈ ਕਿ ਉਨਾ ਖਤਰਨਾਕ ਸਾਬਤ ਨਹੀਂ ਹੋ ਰਿਹਾ ਹਸਪੀਟਲਾਈਜੇਸ਼ਨ ਨੂੰ ਲੈ ਕੇ ਤੋ ਮੇਰੇ ਖਿਆਲ ਦੇ ਵਿੱਚ ਦੋਨੋਂ ਹੀ ਪੱਖ ਨੇ ਕਿ ਬਹੁਤਾ ਇਹਦੇ ਤੋਂ ਅਸੀਂ ਇਹ ਵੀ ਨਾ ਹੋਈਏ ਕਿ ਬੜੇ ਰਿਲੈਕਸ ਹੋ ਜਾਈਏ ਪਰ ਜਿਹੜਾ ਡਰ ਸੀ ਬੜਾ ਬੜੀ ਹੱਦ ਤੱਕ ਉਹਦੇ ਬਾਰੇ ਦੱਸੋ ਥੋੜਾ ਜਿਹਾ ਦੇਖੋ ਮੈਂ ਥੋੜਾ ਜਿਹਾ ਪਹਿਲਾਂ ਇਹ ਕਲੈਰੀਫਾਈ ਕਰ ਦਵਾਂ ਵੀ ਜਿਹੜਾ ਇਹ ਵਾਇਰਸ ਹੈ ਇਹ ਉਹੀ ਵਾਇਰਸ ਹੈ ਜਿਹੜਾ ਕੋਵਿਡ ਦਾ ਵਾਇਰਸ ਹੈ ਸਿਰਫ ਉਹਦੀ ਸ਼ੇਪ ਚੇਂਜ ਹੋਈ ਹੈ ਜਿਹਨੂੰ ਅਸੀਂ ਓਮੀਕਰੋਨ ਕਹਿ ਰਹੇ ਹਾਂ ਵਾਇਰਸ ਉਹੀ ਪੁਰਾਣਾ ਹੀ ਹੈ ਕੋਵਿਡ ਵਾਲਾ ਹੀ ਜਿਹੜਾ SARS-CoV-2 ਸੋ ਇਹਦੇ ਚ ਇੱਕ ਜਿੰਦਰ ਜੀ ਹੁਣ ਇਹ ਗੱਲ ਹੈ ਕਿ ਕੈਨੇਡਾ ਦੇ ਵਿੱਚ ਹੈਲਥ ਕੈਨੇਡਾ ਨੇ ਜਾਂ ਆਪਣੇ ਫੈਡਰਲ ਗਵਰਨਮੈਂਟ ਨੇ ਪੂਰੀ ਤਿਆਰੀ ਕਰ ਲਈ ਹੈ ਕੋਵਿਡ ਨੂੰ ਫਾਈਟ ਕਰਨ ਲਈ ਹੁਣ ਹੀ ਮੈਂ ਪੜ੍ਹ ਰਿਹਾ ਸੀ ਇੱਕ ਦੋ ਦਿਨ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਫਾਈਜ਼ਰ ਕੰਪਨੀ ਨੇ ਜਿਹੜੀ ਗੋਲੀ ਬਣਾਈ ਹੈ ਕੋਵਿਡ ਵਾਇਰਸ ਦੀ ਪੈਕਸਲੋਵਿਡ ਕਰਕੇ ਗੋਲੀ ਹੈ ਉਹ ਵੀ ਇਹਨਾਂ ਨੇ 1 ਮਿਲੀਅਨ ਗੋਲੀ ਦਾ ਆਰਡਰ ਕਰਤਾ ਸੋ ਇਹਦੀ ਪੂਰੀ ਤਿਆਰੀ ਹੈ ਇਹ ਜਿਹੜਾ ਓਮੀਕਰੋਨ ਵਾਇਰਸ ਜਿਹੜਾ ਵੇਰੀਐਂਟ ਹੈ ਜਿਹੜਾ ਕੋਰੋਨਾ ਵਾਇਰਸ ਦਾ ਵੇਰੀਐਂਟ ਹੈ ਉਹਨੇ ਆਪਣੀ ਸ਼ੇਪ ਚੇਂਜ ਕਰ ਲਈ ਹੈ ਉਹਦਾ ਉਹਦੀ ਸ਼ਕਲ ਬਦਲ ਗਈ ਹੈ ਲੇਕਿਨ ਵਾਇਰਸ ਉਹੀ ਹੈ ਉਹਦੇ ਉਹਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਉਪਾਏ ਹੋ ਰਹੇ ਨੇ ਹਾਲਾਂਕਿ ਵੈਕਸੀਨ ਵੀ ਟੈਸਟ ਹੋ ਰਿਹਾ ਵੀ ਉਹ ਕਿਆ ਨਵੀਂ ਸ਼ੇਪ ਨਵੀਂ ਵੇਰੀਐਂਟ ਦੇ ਉੱਤੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਪਰ ਮੈਨੂੰ ਲੱਗਦਾ ਵੀ ਇਹਦਾ ਖਤਰਾ ਜਿਹੜਾ ਹੈ ਅੱਗੇ ਅੱਗੇ ਘਟਦਾ ਜਾ ਰਿਹਾ ਔਰ ਉੱਪਰੋਂ ਤਿਆਰੀ ਪੂਰੀ ਹੈ ਮੈਂ ਜਿਵੇਂ ਦੱਸਿਆ ਵੀ ਇਹ ਜਿਹੜੀ ਮਰਕ ਕੰਪਨੀ ਔਰ ਜਿਹੜੀ ਫਾਈਜ਼ਰ ਕੰਪਨੀ ਹੈ ਇਹਨਾਂ ਨੇ ਦੋ ਕੰਪਨੀਆਂ ਨੇ ਐਲੋਪੈਥਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇਹਨਾਂ ਨੇ ਦੋ ਗੋਲੀਆਂ ਰਿਸਰਚ ਕਰਕੇ ਤਿਆਰ ਵੀ ਕਰ ਲਈਆਂ ਜਿਹੜੀਆਂ ਕਿ ਕੈਨੇਡੀਅਨ ਗਵਰਨਮੈਂਟ ਨੇ ਆਲਰੇਡੀ ਆਰਡਰ ਵੀ ਕਰ ਦਿੱਤੀਆਂ ਨੇ ਇਹ ਨਿਊਜ਼ ਮੈਂ ਪੜ੍ਹ ਰਿਹਾ ਸੀ ਇੰਟਰਨੈਟ ਦੇ ਉੱਤੇ ਕਈ ਅੱਛੇ ਮਤਲਬ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ ਔਰ ਮੈਨੂੰ ਲੱਗਦਾ ਵੀ ਜੇ ਆਪਣੀ ਤਿਆਰੀ ਪੂਰੀ ਰੱਖੀਏ ਪਲੱਸ ਜਿਹੜਾ ਕਿ ਅਸੀਂ ਬਹੁਤ ਸਾਰੇ ਇਹਨਾਂ ਤੋਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਦੱਸਦੇ ਆ ਰਹੇ ਹਾਂ ਕਿ ਇਹਨਾਂ ਐਡੀਸ਼ਨ ਤੋਂ ਜਿਹੜੇ ਐਂਟੀਵਾਇਰਲ ਮੈਥਡਸ ਨੇ ਜਾਂ ਵੈਕਸੀਨ ਦਾ ਇਸਤੇਮਾਲ ਹੈ ਇਹ ਤੋਂ ਇਲਾਵਾ ਜੇ ਅਸੀਂ ਆਪਣਾ ਇਮਿਊਨ ਸਿਸਟਮ ਸਟਰੋਂਗ ਰੱਖੀਏ ਤਾਂ ਇਸ ਵਾਇਰਸ ਨਾਲ ਅਸੀਂ ਪੂਰੀ ਤਰ੍ਹਾਂ ਮੁਕਾਬਲਾ ਕਰ ਸਕਦੇ ਹਾਂ ਸੋ ਔਰ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਣ ਲਈ ਆਯੁਰਵੇਦ ਦੀ ਸਾਇੰਸ ਜਿਹੜੀ ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇੰਡੀਆ ਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਉੱਥੇ ਦਾ ਆਯੁਸ਼ ਮੰਤਰਾਲਾ ਉਹਨਾਂ ਨੇ ਇੱਕ ਕਾੜਾ ਰਿਕਮੈਂਡ ਕੀਤਾ ਸੀ ਜਿਹਦੇ ਵਿੱਚ ਤੁਲਸੀ ਦੇ ਪੱਤੇ 100 ਗ੍ਰਾਮ 50 ਗ੍ਰਾਮ ਦਾਲਚੀਨੀ 50 ਗ੍ਰਾਮ ਸੌਂਠ ਔਰ 25 ਗ੍ਰਾਮ ਕਾਲੀ ਮਿਰਚ ਦਾ ਪਾਊਡਰ ਬਣਾ ਕੇ ਆਪਣੇ ਕਿਚਨ ਚ ਰੱਖ ਲਓ 2 ਚਮਚੇ ਇਸ ਪਾਊਡਰ ਚੋਂ ਲੈਣੇ ਨੇ ਇੱਕ ਗਲਾਸ ਸਟੀਲ ਦਾ ਗਲਾਸ ਪਾਣੀ ਦਾ ਭਰ ਕੇ ਉਹਦੇ ਚ ਬੋਇਲ ਕਰੋ ਜਦੋਂ ਉਹਦਾ ਰਹਿ ਜਾਵੇ ਉਹਨੂੰ ਛਾਣ ਕੇ ਤੁਸੀਂ ਚਾਹ ਪਾਣੀ ਨਾਲ ਛਾਣ ਕੇ ਉਹਨੂੰ ਚਾਹ ਦੇ ਤੌਰ ਤੇ ਹਰਬਲ ਟੀ ਦੇ ਤੌਰ ਤੇ ਰੋਜ਼ ਪੀਣਾ ਇਹਦੇ ਨਾਲ ਰਿਸਰਚ ਤੋਂ ਪਤਾ ਲੱਗਿਆ ਸੀ ਕਿ ਇਹ ਜਿਹੜੀ ਇਮਿਊਨ ਸਿਸਟਮ ਨੂੰ ਵਧਾਉਣ ਲਈ ਬੜਾ ਇੱਕ ਸੌਖਾ ਤੇ ਸਰਲ ਤਰੀਕਾ ਹੈਗਾ ਜਿਹੜਾ ਕਿ ਇਸ ਵਾਇਰਸ ਨੂੰ ਜਿਹੜਾ ਬਿਮਾਰੀ ਪੈਦਾ ਕਰਨ ਤੋਂ ਸਾਨੂੰ ਸਾਡੇ ਸਰੀਰ ਦੇ ਵਿੱਚ ਸਿਮਟਮ ਪੈਦਾ ਕਰਨ ਤੋਂ ਰੋਕਦਾ ਔਰ ਇਸ ਤੋਂ ਇਲਾਵਾ ਅਸ਼ਵਗੰਧਾ ਦੇ ਕੈਪਸੂਲ ਜਾਂ ਹਲਦੀ ਵਾਲਾ ਦੁੱਧ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਜਿਹੜੀ ਪ੍ਰੀਵੈਂਸ਼ਨ ਦੇ ਵਿੱਚ ਜਾਂ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਕਾਫੀ ਹੈਲਪ ਕਰਦਾ ਜੀ ਜਾਣਕਾਰੀ ਓਮੀਕਰੋਨ ਵੇਰੀਐਂਟ ਬਾਰੇ ਸੀ ਔਰ ਰਜਿੰਦਰ ਜੀ ਮੈਂ ਇੱਕ ਜਾਣਕਾਰੀ ਹੋਰ ਦੇਣਾ ਚਾਹੁੰਦਾ ਕਿ ਲਾਸਟ ਸੰਡੇ ਜਿਹੜਾ ਸੰਡੇ ਗਿਆ ਇਸ ਤੋਂ ਪਿਛਲੇ ਸੰਡੇ ਅਸੀਂ ਇੱਕ ਸੈਮੀਨਾਰ ਕੀਤਾ ਸੀਗਾ ਵਿਸ਼ਨੂੰ ਟੈਂਪਲ ਦੇ ਵਿੱਚ ਹੁਣ ਉਹ ਕਾਫੀ ਸਕਸੈਸਫੁਲ ਰਿਹਾ ਸਾਨੂੰ ਤੁਹਾਡੇ ਪ੍ਰੋਗਰਾਮ ਰਾਹੀਂ ਵੀ ਬਹੁਤ ਸਾਰੀਆਂ ਕਾਲਸ ਆਈਆਂ ਔਰ ਉੱਥੇ ਕਾਫੀ ਰਸ਼ ਹੋ ਗਿਆ ਸੀ ਹਾਲਾਂਕਿ ਉੱਥੇ ਜਿਹੜੇ
ਫੁੱਲੀ ਵੈਕਸੀਨੇਟਡ ਲੋਕ ਹੈ ਉਹੀ ਉਹਨਾਂ ਨੇ ਅਲਾਓ ਕੀਤੇ ਆਉਣ ਲਈ। ਹੁਣ ਵੀ ਜਿਹੜਾ 19 ਤਰੀਕ ਨੂੰ ਅਸੀਂ ਇੱਕ ਹੋਰ ਸੈਮੀਨਾਰ ਕਰ ਰਹੇ ਹਾਂ ਜਿਹਦੇ ਵਿੱਚ ਸ਼ਿਰੋਧਾਰਾ ਆਯੁਰਵੈਦਿਕ ਇੱਕ ਟ੍ਰੀਟਮੈਂਟ ਹੁੰਦਾ ਹੈ ਉਹਦੇ ਰਾਹੀਂ ਕਿਵੇਂ ਅਸੀਂ ਜਿਹੜੀਆਂ ਮੈਂਟਲ ਇਲਨੈਸਿਸ ਨੇ ਐਂਗਜ਼ਾਇਟੀ ਡਿਪਰੈਸ਼ਨ ਮੈਮਰੀ ਡਿਫੈਕਟਸ ਜਾਂ ਜਿਹਨੂੰ ਅਸੀਂ ਬ੍ਰੇਨ ਫੌਗ ਕਹਿੰਦੇ ਹਾਂ ਕੰਸੈਂਟ੍ਰੇਸ਼ਨ ਦੀ ਕਮੀ ਇਹ ਕਿਵੇਂ ਅਸੀਂ ਸ਼ਿਰੋਧਾਰਾ ਨਾਲ ਠੀਕ ਕਰਦੇ ਹਾਂ ਕੀ ਪ੍ਰੋਸੀਜਰ ਹੈ ਇਹਦੀ ਸਾਰੀ ਜਾਣਕਾਰੀ ਫ੍ਰੀ ਆਫ ਕੋਸਟ ਇੱਕ ਘੰਟੇ ਦੇ ਸੈਮੀਨਾਰ ਚ ਦਿੱਤੀ ਜਾਏਗੀ ਦੁਪਹਿਰੇ 12:30 ਤੋਂ ਲੈ ਕੇ 1:30 ਵਜੇ ਤੱਕ। ਠੀਕ ਹੈ, ਸੋ ਇਸ ਸੈਮੀਨਾਰ ਦੇ ਵਿੱਚ ਜੇ ਕਿਸੇ ਨੇ ਪਾਰਟੀਸਪੇਟ ਕਰਨਾ ਹੈ ਉਹ ਮੈਨੂੰ ਵੀ ਕਾਲ ਕਰ ਸਕਦੇ ਹੈ ਔਰ ਡਾਇਰੈਕਟ ਉੱਥੇ ਫੋਨ ਕਰਕੇ ਤੇ ਆਪਣਾ ਨਾਮ ਲਿਖਾ ਸਕਦੇ ਨੇ। ਜਿਹੜਾ ਸੈਮੀਨਾਰ ਦਾ ਸਮਾਂ ਹੈ ਉਹ ਮੈਂ ਦੱਸਦਾ ਔਰ ਜੇ ਰਜਿਸਟ੍ਰੇਸ਼ਨ ਕਰਾਉਣੀ ਉਹਦੇ ਲਈ ਫੋਨ ਨੰਬਰ ਹੈ 905-886-1724 905-886-1724 ਇਹ ਵਿਸ਼ਨੂੰ ਮੰਦਿਰ ਯੰਗ ਸਟੀਟ ਦੇ ਰਿਚਮੰਡ ਹਿੱਲ ਏਰੀਏ ਦੇ ਵਿੱਚ ਹੈ ਕਾਫੀ ਵੱਡਾ ਬਣਿਆ ਹੋਇਆ ਉੱਥੇ ਉਹਨਾਂ ਦੇ ਇੱਕ ਹਾਲ ਹੈ ਉਹਦੇ ਵਿੱਚ ਅਸੀਂ ਸੈਮੀਨਾਰ ਕਰਦੇ ਹਾਂ। ਇਹ ਦੂਸਰਾ ਸੈਮੀਨਾਰ ਮੈਂ ਕਰਨ ਜਾ ਰਿਹਾ ਜਿਹੜਾ ਸੈਮੀਨਾਰ ਦਾ ਟੌਪਿਕ ਹੈ ਉਹ ਹੈ ਹਾਉ ਆਯੁਰਵੈਦਾ ਕੈਨ ਹੈਲਪ ਇਨ ਪ੍ਰੋਬਲਮਸ ਵਿਦ ਬ੍ਰੇਨ ਫੌਗ ਐਂਗਜ਼ਾਇਟੀ ਡਿਪਰੈਸ਼ਨ ਐਂਡ ਸਲੀਪ ਡਿਸਆਰਡਰਸ ਥਰੂ ਆਯੁਰਵੈਦਾ ਹੈਡ ਮਸਾਜ ਐਂਡ ਸ਼ਿਰੋਧਾਰਾ ਥੈਰੇਪੀ। ਠੀਕ ਹੈ ਜੀ, ਇਸਦੇ ਬਾਰੇ ਅਸੀਂ ਹਿੰਦੀ ਔਰ ਇੰਗਲਿਸ਼ ਦੇ ਵਿੱਚ ਸੈਮੀਨਾਰ ਹੋਏਗਾ ਸੋ ਜਿੰਨੇ ਵੀ ਸਰੋਤੇ ਆਪਣੇ ਉੱਥੇ ਆਉਣਾ ਚਾਹੁੰਦੇ ਨੇ ਚਾਹੇ ਮੈਨੂੰ ਕਾਲ ਕਰ ਲੈਣ ਨਹੀਂ ਤਾਂ ਆਪਣੀ ਰਜਿਸਟ੍ਰੇਸ਼ਨ ਡਾਇਰੈਕਟ ਕਰਵਾ ਲਓ 905-886-1724 ਇੱਕੋ ਹੀ ਕੰਡੀਸ਼ਨ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਨੇ ਉਹੀ ਇਹਦੇ ਚ ਪਾਰਟੀਸਪੇਟ ਕਰ ਸਕਦੇ ਨੇ ਉਹੀ ਸੈਮੀਨਾਰ ਚ ਆ ਸਕਦੇ ਨੇ ਔਰ ਇਹ ਬਿਲਕੁਲ ਫ੍ਰੀ ਆਫ ਕੋਸਟ ਸੈਮੀਨਾਰ ਹੈ ਜੀ। ਥੈਂਕ ਯੂ ਸਰ।